ਅਸਲਾਮ ਅਲੈਕਮ ਸਰ ਆਪਣਾ ਨਾਮ ਤੇ ਆਪਣਾ ਇਲਾਕਾ ਦੱਸੋ ਅਦੀਲ ਅਸਫ ਮੇਰਾ ਨਾਮ ਹੈ ਜੀ ਤਹਿਸੀਲ ਚਿਸ਼ਤੀਆਂ ਜ਼ਿਲ੍ਹਾ ਬਹਾਵਲ ਨਗਰ ਚੱਕ ਨੰਬਰ 6 ਦੇ ਜਾਨੀ ਸਰ ਗਾਈਆਂ ਪਾਲਦੇ ਆ ਕਿੰਨੀ ਦੇਰ ਹੋ ਗਈ ਜੇ 10 ਸਾਲ ਹੋ ਗਏ ਮਾਸ਼ਾਅੱਲਾ ਦਸਾਂ ਸਾਲਾਂ ਦਾ ਤਜਰਬਾ ਕਿੰਜ ਦਾ ਰਿਹਾ ਹਾਂ ਜੀ ਬਿਹਤਰੀਨ ਹੈ ਮਾਸ਼ਾਅੱਲਾ ਜੀ ਠੀਕ ਹੈ ਜੀ ਅੱਛਾ ਸਰ ਥੋੜਾ ਜਿਹਾ ਉੱਚੀ ਬੋਲਿਓ ਕਿਹੜੀ ਨਸਲ ਦੀਆਂ ਗਾਵਾਂ ਰੱਖੀ ਦੀਆਂ ਜੇ ਇਹ ਫਰੀਜ਼ਨ ਨੇ ਜੀ ਫਰੀਜ਼ਨ ਨਸਲ ਦੀਆਂ ਗਾਵਾਂ ਹਾਂ ਜੀ ਸਰ ਕਿੰਨੀਆਂ ਜੇ ਇਹ ਹੈ ਨਹੀਂ ਜੀ ਕੋਈ 23 24 ਨਹੀਂ ਕੋਈ ਇੱਧਰ ਨਹੀਂ ਕੋਈ ਸਾਈਡ ਤੇ ਠੀਕ ਹੈ ਅੱਛਾ ਸਰ ਗਾਂ ਦੀ ਸਭ ਤੋਂ ਅੱਛੀ ਨਸਲ ਕਿਹਨੂੰ ਆਖੋਗੇ ਇਹ ਆਸਟ੍ਰੇਲੀਅਨ ਨੇ ਜਾਂ ਫਰੀਜ਼ਨ ਨੇ ਦੋ ਨਸਲ ਹੀ ਅੱਛੀ ਹੈ ਦੋ ਨਸਲਾਂ ਅੱਛੀਆਂ ਨੇ ਠੀਕ ਹੋ ਗਿਆ ਸਰ ਇਹ ਨਸਲ ਅਗਰ ਕੋਈ ਖਰੀਦਣਾ ਚਾਹੇ ਤੇ ਕਿਹੜੀ ਜਗ੍ਹਾ ਤੋਂ ਖਰੀਦੀ ਜਾ ਸਕਦੀ ਹੈ ਆਸਾਨੀ ਨਾਲ ਇੱਥੋਂ ਸਾਡੇ ਇਲਾਕੇ ਚੋਂ ਵੀ ਮਿਲ ਜਾਂਦੀ ਹੈ ਐ ਮਦਰਸਾ ਮੰਡੀ ਹੈ ਜਾਂ ਇਥੇ ਫਾਰਮਾ ਚ ਮਿਲ ਜਾਂਦੀ ਹੈ ਫਾਰਮਾ ਚ ਮਿਲ ਜਾਂਦੀ ਹੈ ਸਰ ਇੱਕ ਗਾਂ ਖਰੀਦੀ ਹੋਏ ਤੇ ਕਿੰਨੇ ਕ ਦੀ ਮਿਲ ਜਾਏਗੀ ਇਹ ਜੀ ਮੁxtਲਫ ਰੇਡ ਨੇ 2 ਲੱਖ ਤੋਂ 2.5 ਤੱਕ 3 ਲੱਖ ਤੱਕ ਅੱਛਾ ਦੋ ਤੇ ਡਿਪੈਂਡ ਕਰਦਾ ਹੈ ਦੀ ਕੀਮਤ ਤੇ ਮੈਕਸਿਮਮ ਅੱਛੀ ਨਸਲ ਹੈੜੀ ਹੈ ਇਹਦੇ ਵਿੱਚ ਯਾਨੀ ਕਿ ਸਿਹਤਮੰਦ ਗਾਂ ਹਾਂਜੀ ਇਹ ਕਿੰਨਾ ਦੁੱਧ ਦੇ ਛੜਦੀ ਹੈ ਤਕਰੀਬਨ ਇੱਕ ਦਿਨ ਦਾ 23-24 ਲੀਟਰ ਦਿੰਦੀ ਹੈ ਦੁਨਾ ਟਾਈਮ ਆਦਾ ਹਾਂਜੀ ਠੀਕ ਹੈ ਅੱਛਾ ਸਰ ਇਸ ਗਾਂ ਦੇ ਬਾਰੇ ਚ ਇੰਜ ਸੁਣਿਆ ਹੈ ਕਿ ਗਰਮੀ ਬਰਦਾਸ਼ਤ ਨਹੀਂ ਕਰ ਸਕਦੀਆਂ ਹਾਂਜੀ ਨਹੀਂ ਕਰਦੀਆਂ ਬਸ ਕੇਅਰ ਕਰਨੀ ਪੈਂਦੀ ਹੈ ਸ਼ਾਵਰ ਵਗੈਰਾ ਲਗਾਏ ਨੇ ਉਧਰ ਜਿਹੜੀਆਂ ਸੂਨ ਵਾਲੀਆਂ ਨੇ ਜਾਂ ਜ਼ਿਆਦਾ ਗਰਮੀ ਹੈ ਅੱਛਾ ਸ਼ਾਵਰ ਲਗਾਏ ਨੇ ਇਸ ਵਜ੍ਹਾ ਤੋਂ ਫੈਨ ਵਗੈਰਾ ਲਗਾਏ ਨੇ ਵੈਸੇ ਨਹੀਂ ਰਹਿੰਦੀ ਅੱਛਾ ਸਰ ਇਹਦੀ ਅਗੂ ਨਸਲ ਲੈਣ ਵਾਸਤੇ ਐਸਾ ਐ ਹੀ ਰਿਜ਼ਲਟ ਲੈਣਾ ਹੋਇਆ ਤੇ ਇਹਦੇ ਵਾਸਤੇ ਕੀ ਕੀਤਾ ਤੁਸੀਂ ਕੋਈ ਸਿਮਰ ਵਗੈਰਾ ਰਖਵਾਇਆ ਜਾਂਦਾ ਜਾਂ ਸਿਮਰ ਰਖਵਾਉਣ ਦੀ ਸਿਮਰ ਤੇ ਆਪਣਾ ਕੋਈ ਇਹਦਾ ਬੈਲ ਨਹੀਂ ਰੱਖਿਆ ਤੁਸੀਂ ਨਹੀਂ ਸਿਮਰ ਬੈਸਟ ਹੈ ਉਹਦਾ ਕਿੰਨਾ ਖਰਚਾ ਤਕਰੀਬਨ 1000 ਰੁਪਏ ਦਾ ਜੀ 1000 ਰੁਪਏ ਦਾ ਪਿਓਰ ਮੇਲ ਲੱਗ ਜਾਂਦਾ ਠੀਕ ਹੈ ਅੱਛਾ ਸਰ ਆਪਣਾ ਅਗਰ ਬਰੀਡਰ ਤਿਆਰ ਕੀਤਾ ਜਾਏ ਤਾਂ ਉਹ ਨਹੀਂ ਬਿਹਤਰ ਬਿਹਤਰ ਹੈ ਬਰੀਡਰ ਤਿਆਰ ਕੀਤਾ ਸੀ ਬਸ ਉਹ ਗਰਮੀ ਦੀ ਨਹੀਂ برداشت ਜ਼ਿਆਦਾ ਪਿਓਰ ਜਾਨਵਰ ਨਹੀਂ ਕਰਦਾ ਠੀਕ ਹੈ ਇਹ ਸਾਰੇ ਪਿਓਰ ਨੇ ਇਹ ਵਿੱਚ ਕਰਾਸ ਵੀ ਹੈ ਤਕਰੀਬਨ ਇਹ ਪਿਓਰ ਹੀ ਨੇ ਬਸ ਥੋੜਾ ਬਹੁਤ ਕਰਾਸ ਹੁੰਦਾ ਹੈ ਇਹਨਾਂ ਜ਼ਿਆਦਾ ਪਿਓਰ ਤਾਂ ਨਹੀਂ ਰਹਿ ਸਕਦੇ ਕੁਝ ਪਿਓਰ ਨੇ ਕੁਝ ਥੋੜਾ ਹਲਕਾ ਕੋ 10% ਕਰਾਸ ਜ਼ਿਆਦਾ ਨਹੀਂ ਠੀਕ ਹੈ ਅੱਛਾ ਸਰ ਜ਼ਿਆਦਾ ਫੁੱਲ ਪਿਓਰ ਜਿਹੜੀਆਂ ਨੇ ਉਹ ਨਾਰਾਇਣ ਦੀ ਵਜ੍ਹਾ ਦੱਸੋ ਬਸ ਗਰਮੀ ਨਹੀਂ ਬਰਦਾਸ਼ਤ ਕਰਦੀ ਸਿਰਫ ਗਰਮੀ ਨਹੀਂ ਬਰਦਾਸ਼ਤ ਕਰਦੀ ਅਚਾਰਾ ਵਗੈਰਾ ਸਾਰੇ ਇਹ ਇੱਕ ਜੈਸਾ ਹੀ ਹੈ ਅਚਾਰਾ ਇੱਕ ਜੈਸਾ ਹੀ ਗਰਮੀ ਨਹੀਂ ਮਿਲਦਾ ਇਸ ਦਾ ਠੀਕ ਹੈ ਅੱਛਾ ਸਰ ਇਹਨਾਂ ਦੀ ਖੁਰਾਕ ਦੀ ਰੁਟੀਨ ਦੱਸਿਓ ਖੁਰਾਕ ਬਸ ਚੇਰੀ ਵਗੈਰਾ ਹੀ ਹੁਣ ਪਾਣੇ ਪਏ ਅੱਗੋਂ ਸਰਦੀਆਂ ਨੂੰ ਸੈਲਜ ਪਾਵਾਂਗੇ ਸੈਲਜ ਹਾਂਜੀ ਆਪੇ ਤਿਆਰ ਕਰਦੇ ਹੋ ਕਿ ਆਪ ਤਿਆਰ ਕਰਦੇ ਖੁਦ ਤਿਆਰ ਕਰਦੇ ਹੁਣ ਮੱਕੀ ਲੱਗ ਜਾਏਗੀ ਤੇ ਖੁਦ ਤਿਆਰ ਕਰਾਂਗੇ ਇਨਸ਼ਾਅੱਲਾ ਠੀਕ ਹੈ ਸਰ ਇਹਨਾਂ ਦੀ ਵੈਕਸੀਨੇਸ਼ਨ ਵਗੈਰਾ ਦਾ ਕੀ ਸ਼ਡਿਊਲ ਬਣਾਉਂਦੇ ਹੋ ਵੈਕਸੀਨੇਸ਼ਨ ਸਰਕਾਰੀ ਹੈ ਕਰਕੇ ਜਾਂਦੇ ਨੇ ਕਿੰਨੀ ਦੇਰ ਬਾਅਦ ਗਲ ਕੋਟੂ ਦਾ ਹੈ ਜਾਂ ਬਲੈਕ ਵਾਟਰ ਦਾ ਗੱਟਸ ਹੋ ਜਾਂਦੀ ਵੈਕਸੀਨ ਠੀਕ ਹੋ ਗਿਆ ਅੱਛਾ ਸਰ ਫਾਰਮ ਦੀ ਜਿਹੜੀ ਲੰਬਾਈ ਚੌੜਾਈ ਦੱਸ ਸਕਦੇ ਹੋ ਇਹਦਾ ਜੀ ਤਕਰੀਬਨ 100 ਫੁੱਟ ਇੱਕ ਸਾਈਡ ਹੈ ਇਹਨ ਦੀ 80 ਰੁਪਏ ਲੱਗੀ 100 ਬਾਈ 80 100 ਬਾਈ 80 ਇਹਦੇ ਵਿੱਚ ਇੰਨੀਆਂ ਹੀ ਗਾਵਾਂ ਰੱਖੀਆਂ ਜਾ ਸਕਦੀਆਂ ਬਹੁਤ ਰੱਖੀਆਂ ਜਾ ਸਕਦੀਆਂ ਨੇ ਕੁਝ ਉਸ ਸਾਈਡ ਤੇ ਕੀਤੀਆਂ ਨੇ ਸ਼ਾਵਰ ਲੱਗੇ ਨੇ ਇੱਧਰ ਫਿਰ ਸ਼ਾਮ ਨੂੰ ਇੱਧਰ ਆ ਜਾਣ ਠੀਕ ਹੈ ਸਭ ਲੋਕ ਦੁੱਧ ਤਿੰਨਾਂ ਦਾ ਗਾਈ ਦਾ ਕੋਈ ਨਾ ਪਸੰਦ ਨਹੀਂ ਕਰਦੇ ਆਸਾਨੀ ਨਾਲ ਸੇਲ ਹੋ ਜਾਂਦਾ ਤੁਹਾਡਾ ਹਾਂ ਜੀ ਮਾਸ਼ਾਅੱਲਾ ਬਹੁਤ ਕੀ ਰੇਟ ਵਾਲਾ 70 ਰੁਪਏ ਹੁਣ ਸੇਲ ਹੋ ਰਿਹਾ ਹੈ ਅੱਛਾ ਸਰ ਮੱਝਾਂ ਦਾ ਕਦੇ ਤਜਰਬਾ ਕੀਤਾ ਨਹੀਂ ਜੀ ਗਾਵਾਂ ਦੁੱਧ ਦੂਣ ਮੱਝ ਦਾ ਗਾਂ ਦਾ ਇੱਕ ਜਿਹਾ ਸੇਲ ਹੁੰਦਾ ਪਿਆ ਸੇਮ ਹੀ ਰੇਟ ਆ ਤਕਰੀਬਨ ਪਹਿਲੇ ਨੈਸਲੇ ਨੂੰ ਦਿੰਦੇ ਸੀ ਹੁਣ ਦੁੱਧ ਹੀ ਲੈ ਕੇ ਜਾਂਦਾ 70 ਰੁਪਏ ਲੈ ਰਿਹਾ 70 ਰੁਪਏ ਹਾਂ ਜੀ ਸਰ 70 ਰੁਪਏ ਜੇ ਵੀ ਅਗਰ ਖੁਰਾਕ ਅੱਛੀ ਦਿੱਤੀ ਜਾਏ ਤੇ ਦੁੱਧ ਮੱਚ ਤਰਾਂਗੇ ਪਤਲਾ ਨਹੀਂ ਇਹ ਲਾਚੈਟ ਬਿਹਤਰੀਨ ਸਰ ਅੱਛੀ ਖੁਰਾਕ ਕਿਨੂੰ ਕਹੋਗੇ ਅੱਛੀ ਖੁਰਾਕ ਸਾਇਲਜ ਸਿਰਫ ਸਾਇਲਜ ਹਾਂ ਸਰ ਸਾਇਲਜ ਨਾਲ ਦੁੱਧ ਦੇ ਵਿੱਚ ਕੋਈ 스ਮੈਲ ਵਗੈਰਾ ਨਹੀਂ ਆਂਦੀ ਨਹੀਂ ਠੀਕ ਹੈ ਸਰ ਇਹਨਾਂ ਨੂੰ ਵੰਡਾ ਵਗੈਰਾ ਕਿਹੜਾ ਯੂਜ਼ ਕਰਾਉਂਦੇ ਹੋ ਵੰਡਾ ਕੇ ਵੀ ਵੰਡਾ ਪਾ ਰਹੇ ਹਾਂ ਕੁਛ ਛਪਣਾ ਵੀ ਬਨਾਈਦਾ ਹੈ ਮੱਕੀ ਵਗੈਰਾ ਕੋੜੀ ਖਾਲ ਇੱਕ ਗਾਂ ਨੂੰ ਕਿੰਨਾ ਪਾ ਛੱਡ ਦੇ ਇੱਕ ਦਿਨ ਦਾ ਇੱਕ ਗਾਂ ਨੂੰ ਤਕਰੀਬਨ 6 ਕਿਲੋ ਇਹ ਗਰਮੀ ਸਰਦੀ ਨੂੰ ਜ਼ਿਆਦਾ 8 ਕਿਲੋ ਪਾਉਂਦੇ ਠੀਕ ਹੈ ਅੱਛਾ ਸਰ ਜਦੋਂ ਗਾਂ ਹੁੰਦੀ ਹੈ ਤੇ ਇਹਦੇ ਬੱਚੇ ਦੀ ਦੇਖਭਾਲ ਜਿਹੜੀ ਉਹ ਕਿਸ ਤਰ੍ਹਾਂ ਕਰਦੇ ਹੋ ਇਹ